ਦੇਖੋ ਬੜਾ ਖੁਸ਼ੀ ਵਾਲਾ ਦਿਨ ਹੈ ਅੱਜ, ਜਿਹੜਾ ਭਾਰਤ ਦਾ ਜਿਨ੍ਹਾਂ ਲੋਕਾਂ ਨੇ ਕਾਨੂੰਨ ਬਣਾਉਣੇ ਆ, ਇਤਿਹਾਸ ਲਿਖਣਾ ਆ, ਅੱਜ ਉਹਨਾਂ ਲੋਕਾਂ ਦੀ ਚੋਣ ਹੋਣੀ ਆ। ਅਤੇ ਭਾਰਤ ਦੇ ਪਹਿਲੇ 543 ਬੰਦੇ ਅੱਜ ਸਾਡੇ 13 ਜਿਹੜੇ ਇੱਥੋਂ ਪੰਜਾਬ ਦੇ ਆ ਉਹਨਾਂ ਨੂੰ ਵੋਟਿੰਗ ਹੋਣੀ ਹੈ। ਅਤੇ 4 ਤਰੀਕ ਨੂੰ ਭਾਰਤ ਦਾ ਜਿਹੜਾ ਕਾਨੂੰਨ ਬਣਾਉਣ ਵਾਲੀ ਵੱਡੀ, ਸਭ ਤੋਂ ਵੱਡੀ ਸਾਡੀ ਅਦਾਲਤ ਆ, ਉਹਦੇ 'ਚ ਲੋਕਾਂ ਦੀ ਚੋਣ ਹੋਣੀ 4 ਤਰੀਕ ਨੂੰ। ਅਤੇ ਅੱਜ ਇਹ ਖੁਸ਼ੀਆਂ ਵਾਲਾ ਭਾਗਾਂ ਭਰਿਆ ਦੇਣ ਆ, ਅਤੇ ਮੈਂ ਪਰਿਵਾਰ ਸਮੇਤ ਅੱਜ ਵੋਟ ਪਾਉਣ ਆਇਆ, ਜਿੱਥੇ ਮੇਰੇ ਪਰਿਵਾਰ ਦੀ ਮੇਰੀ ਵੋਟ ਆ। ਅਤੇ ਪਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ। ਖੁਸ਼ੀਆਂ ਵਾਲਾ ਦਿਨ ਅੱਜ ਵੀ ਆ, ਅਤੇ ਖੁਸ਼ੀਆਂ ਵਾਲਾ ਦਿਨ 4 ਤਰੀਕ ਨੂੰ ਵੀ ਹੋਊਗਾ। ਦੇਖੋ ਬੜਾ ਖੁਸ਼ੀ ਵਾਲਾ ਦਿਨ ਹੈ ਅੱਜ, ਜਿਹੜਾ ਭਾਰਤ ਦਾ ਜਿਨ੍ਹਾਂ ਲੋਕਾਂ ਨੇ ਕਾਨੂੰਨ ਬਣਾਉਣੇ ਆ, ਇਤਿਹਾਸ ਲਿਖਣਾ ਆ, ਅੱਜ ਉਹਨਾਂ ਲੋਕਾਂ ਦੀ ਚੋਣ ਹੋਣੀ ਆ। ਅਤੇ ਭਾਰਤ ਦੇ ਪਹਿਲੇ 543 ਬੰਦੇ ਅੱਜ ਸਾਡੇ 13 ਜਿਹੜੇ ਇੱਥੋਂ ਪੰਜਾਬ ਦੇ ਆ ਉਹਨਾਂ ਨੂੰ ਵੋਟਿੰਗ ਹੋਣੀ ਹੈ। ਅਤੇ 4 ਤਰੀਕ ਨੂੰ ਭਾਰਤ ਦਾ ਜਿਹੜਾ ਕਾਨੂੰਨ ਬਣਾਉਣ ਵਾਲੀ ਵੱਡੀ, ਸਭ ਤੋਂ ਵੱਡੀ ਸਾਡੀ ਅਦਾਲਤ ਆ, ਉਹਦੇ 'ਚ ਲੋਕਾਂ ਦੀ ਚੋਣ ਹੋਣੀ 4 ਤਰੀਕ ਨੂੰ। ਅਤੇ ਅੱਜ ਇਹ ਖੁਸ਼ੀਆਂ ਵਾਲਾ ਭਾਗਾਂ ਭਰਿਆ ਦੇਣ ਆ, ਅਤੇ ਮੈਂ ਪਰਿਵਾਰ ਸਮੇਤ ਅੱਜ ਵੋਟ ਪਾਉਣ ਆਇਆ, ਜਿੱਥੇ ਮੇਰੇ ਪਰਿਵਾਰ ਦੀ ਮੇਰੀ ਵੋਟ ਆ। ਅਤੇ ਪਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ। ਖੁਸ਼ੀਆਂ ਵਾਲਾ ਦਿਨ ਅੱਜ ਵੀ ਆ, ਅਤੇ ਖੁਸ਼ੀਆਂ ਵਾਲਾ ਦਿਨ 4 ਤਰੀਕ ਨੂੰ ਵੀ ਹੋਊਗਾ। ਦੇਖੋ ਬੜਾ ਖੁਸ਼ੀ ਵਾਲਾ ਦਿਨ ਹੈ ਅੱਜ, ਜਿਹੜਾ ਭਾਰਤ ਦਾ ਜਿਨ੍ਹਾਂ ਲੋਕਾਂ ਨੇ ਕਾਨੂੰਨ ਬਣਾਉਣੇ ਆ, ਇਤਿਹਾਸ ਲਿਖਣਾ ਆ, ਅੱਜ ਉਹਨਾਂ ਲੋਕਾਂ ਦੀ ਚੋਣ ਹੋਣੀ ਆ। ਅਤੇ ਭਾਰਤ ਦੇ ਪਹਿਲੇ 543 ਬੰਦੇ ਅੱਜ ਸਾਡੇ 13 ਜਿਹੜੇ ਇੱਥੋਂ ਪੰਜਾਬ ਦੇ ਆ ਉਹਨਾਂ ਨੂੰ ਵੋਟਿੰਗ ਹੋਣੀ ਹੈ। ਅਤੇ 4 ਤਰੀਕ ਨੂੰ ਭਾਰਤ ਦਾ ਜਿਹੜਾ ਕਾਨੂੰਨ ਬਣਾਉਣ ਵਾਲੀ ਵੱਡੀ, ਸਭ ਤੋਂ ਵੱਡੀ ਸਾਡੀ ਅਦਾਲਤ ਆ, ਉਹਦੇ 'ਚ ਲੋਕਾਂ ਦੀ ਚੋਣ ਹੋਣੀ 4 ਤਰੀਕ ਨੂੰ। ਅਤੇ ਅੱਜ ਇਹ ਖੁਸ਼ੀਆਂ ਵਾਲਾ ਭਾਗਾਂ ਭਰਿਆ ਦੇਣ ਆ, ਅਤੇ ਮੈਂ ਪਰਿਵਾਰ ਸਮੇਤ ਅੱਜ ਵੋਟ ਪਾਉਣ ਆਇਆ, ਜਿੱਥੇ ਮੇਰੇ ਪਰਿਵਾਰ ਦੀ ਮੇਰੀ ਵੋਟ ਆ। ਅਤੇ ਪਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ। ਖੁਸ਼ੀਆਂ ਵਾਲਾ ਦਿਨ ਅੱਜ ਵੀ ਆ, ਅਤੇ ਖੁਸ਼ੀਆਂ ਵਾਲਾ ਦਿਨ 4 ਤਰੀਕ ਨੂੰ ਵੀ ਹੋਊਗਾ। ਦੇਖੋ ਬੜਾ ਖੁਸ਼ੀ ਵਾਲਾ ਦਿਨ ਹੈ ਅੱਜ, ਜਿਹੜਾ ਭਾਰਤ ਦਾ ਜਿਨ੍ਹਾਂ ਲੋਕਾਂ ਨੇ ਕਾਨੂੰਨ ਬਣਾਉਣੇ ਆ, ਇਤਿਹਾਸ ਲਿਖਣਾ ਆ, ਅੱਜ ਉਹਨਾਂ ਲੋਕਾਂ ਦੀ ਚੋਣ ਹੋਣੀ ਆ। ਅਤੇ ਭਾਰਤ ਦੇ ਪਹਿਲੇ 543 ਬੰਦੇ ਅੱਜ ਸਾਡੇ 13 ਜਿਹੜੇ ਇੱਥੋਂ ਪੰਜਾਬ ਦੇ ਆ ਉਹਨਾਂ ਨੂੰ ਵੋਟਿੰਗ ਹੋਣੀ ਹੈ। ਅਤੇ 4 ਤਰੀਕ ਨੂੰ ਭਾਰਤ ਦਾ ਜਿਹੜਾ ਕਾਨੂੰਨ ਬਣਾਉਣ ਵਾਲੀ ਵੱਡੀ, ਸਭ ਤੋਂ ਵੱਡੀ ਸਾਡੀ ਅਦਾਲਤ ਆ, ਉਹਦੇ 'ਚ ਲੋਕਾਂ ਦੀ ਚੋਣ ਹੋਣੀ 4 ਤਰੀਕ ਨੂੰ। ਅਤੇ ਅੱਜ ਇਹ ਖੁਸ਼ੀਆਂ ਵਾਲਾ ਭਾਗਾਂ ਭਰਿਆ ਦੇਣ ਆ, ਅਤੇ ਮੈਂ ਪਰਿਵਾਰ ਸਮੇਤ ਅੱਜ ਵੋਟ ਪਾਉਣ ਆਇਆ, ਜਿੱਥੇ ਮੇਰੇ ਪਰਿਵਾਰ ਦੀ ਮੇਰੀ ਵੋਟ ਆ। ਅਤੇ ਪਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ। ਖੁਸ਼ੀਆਂ ਵਾਲਾ ਦਿਨ ਅੱਜ ਵੀ ਆ, ਅਤੇ ਖੁਸ਼ੀਆਂ ਵਾਲਾ ਦਿਨ 4 ਤਰੀਕ ਨੂੰ ਵੀ ਹੋਊਗਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।